हेलो एवरीवन, किवें हो सारे? होप यू ऑल आर डूइंग वेल। ते आज भाई साडा काका ना एक नवे हाउस च गया है। उन्हें अपने हाउस के अंदर ही एक नवा हाउस बनाया है। तुहानू काके दे दर्शन कराने हो है कित्थे? ਤੁਹਾਡੇ ਟੈਂਟ ਹਾਊਸ ਹੈ? ਹਾਂ। ਅੱਛਾ, ਕਿੰਨੇ ਬਣਾ ਕੇ ਦਿੱਤਾ ਤੁਹਾਨੂੰ? ਮੰਮਾ ਨੇ। ਨਹੀਂ, ਮੰਮਾ ਨੇ ਤੇ ਨਹੀਂ ਬਣਾਇਆ। ਵੀ ਅੱਜ ਸਵੇਰ ਤੋਂ ਨਾ ਕਾਕਾ ਇੱਕ ਗੱਲ ਦੇ ਪਿੱਛੇ ਪਿਆ ਸੀ ਕਿ ਮੈਨੂੰ ਨਾ ਟੈਂਟ ਹਾਊਸ ਬਣਾਉਣਾ ਹੈ। ਤੇ ਫਿਰ ਅਸੀਂ ਇਹਨੂੰ ਇੱਕ ਆਈਡੀਆ ਦਿੱਤਾ ਕਿ ਯੂਟਿਊਬ ਤੇ ਵੇਖ ਕਿ ਟੈਂਟ ਹਾਊਸ ਕਿੱਦਾਂ ਬਣਨਾ ਹੈ, ਫਿਰ ਤੁਸੀਂ ਬਣਾ ਲੈਣਾ। ਤੇ ਕਾਕੇ ਨੇ ਯੂਟਿਊਬ ਤੋਂ ਸਿੱਖਿਆ ਕਿ ਡੀਆਈਵਾਈ ਕਿੱਦਾਂ ਕਰਨਾ ਹੈ। ਇੱਧਰ ਆ ਜਾਓ, ਇੱਧਰ ਆ ਕੇ ਬੋਲੋ, ਮੰਮਾ ਕੋਲ ਆ ਕੇ ਇੱਧਰ ਆ ਜਾਓ। ਬਲੂਨ ਕਿਉਂ ਰੱਖਿਆ ਸੀ? ਹਾਂਜੀ, ਬਲੂਨ ਕਿਉਂ ਰੱਖਿਆ ਸੀ? ਬਲੂਨ ਅਸੀਂ ਇਸ ਲਈ ਰੱਖਿਆ ਕਾਕੀ ਤਾਂ ਕਾਕੇ ਦਾ ਟੈਂਟ ਹਾਊਸ ਨੋਨਾ ਲੱਗੇ। ਨੋਨਾ ਲੱਗ ਰਿਹਾ? ਸਾਨੂੰ ਵੀ ਬੜਾ ਸਿੰਪਲ ਜਿਹਾ ਔਰ ਪਿਆਰਾ ਜਿਹਾ ਤਰੀਕਾ ਲੱਗਿਆ ਹੈ ਕਿ ਅੱਛਾ ਹੈ ਕਿ ਖਰੀਦਣ ਤੋਂ ਅੱਛਾ ਹੈ ਕਿ ਥੋੜ੍ਹੀ ਦੇਰ ਲਈ ਬੱਚਿਆਂ ਨੂੰ ਥੋੜ੍ਹੀ ਦੇਰ ਦਾ ਸ਼ੌਕ ਹੁੰਦਾ ਕੋਈ ਵੀ ਨਵੀਂ ਚੀਜ਼ ਦਾ, ਤੇ ਥੋੜ੍ਹੀ ਦੇਰ ਖੇਡਣਾ ਉਹਦੇ ਵਿੱਚ, ਮਨ ਪੂਰਾ ਹੋ ਗਿਆ ਤੇ ਫਿਰ ਉਹ ਰੱਖ ਦੋ। ਜਿਵੇਂ ਕਿ ਕਾਕੇ ਕੋਲ ਬਾਲ ਹਾਊਸ ਹੈ, ਇੱਦਾਂ ਦੀਆਂ ਬੜੀ ਸਾਰੀ ਚੀਜ਼ਾਂ ਨੇ ਜਿਹੜੀਆਂ ਇਹਨੇ ਲਈਆਂ ਨੇ। ਉਹੀ ਹੁੰਦਾ ਥੋੜ੍ਹੇ ਦਿਨ ਖੇਲਣਾ, ਫਿਰ ਬੱਚਾ ਬੋਰ ਹੋ ਜਾਂਦਾ ਹੈ, ਫਿਰ ਉਹ ਯੂਜ਼ ਨਹੀਂ ਕਰਨੇ। ਤੇ ਉਹਦੇ ਤੋਂ ਬੈਟਰ ਹੈ ਇੱਦਾਂ ਦੇ ਕੋਈ ਨਾ ਕੋਈ ਤਰੀਕੇ ਵੇਖ ਲਈਏ ਤੇ ਸ਼ੌਕ ਪੂਰੇ ਕਰਾ ਦੇਈਏ ਕਾਕੇ ਦੇ। ਤੇ ਕਾਕੇ ਦਾ ਟੈਂਟ ਹਾਊਸ ਵਾਲਾ ਸ਼ੌਕ ਵੀ ਅੱਜ ਪੂਰਾ ਹੋ ਗਿਆ ਤੇ ਨੋਨਾ ਦੇ ਟੈਂਟ ਹਾਊਸ ਬਣੇ। ਇਹਨਾਂ ਅੱਛਾ ਜਾ। ਹਾਂ, ਫਾੜ ਦੇਗਾ ਕੋਈ ਜੋ ਬੇਬੀ ਆਗੋ ਮੇਰੇ ਟੈਂਟ ਹਾਊਸ ਫਾੜ ਦੇਗਾ। ਅਰੇ ਬਾਬਾ, ਕੋਈ ਨਹੀਂ ਫਾੜਦਾ। ਕਾਕੇ ਨੂੰ ਹੁਣ ਆਈ ਚਿੰਤਾ ਹੈ ਤਾਂ ਦੀ ਕਿ ਵੀ ਕੋਈ ਇਹ ਨਾ ਬੋਲੇ ਕਿ ਇਹਨੂੰ ਹਟਾਉਣਾ ਹੈ। ਇਹਨੂੰ ਹਟਾਉਣਾ ਨਹੀਂ ਹੈ, ਹੁਣ ਸਾਡੇ ਘਰ ਲੱਗਾ ਹੀ ਰਹੇਗਾ, ਵੇਖੋ ਕਿੰਨੀ ਦੇਰ ਲੱਗਾ ਰਹਿੰਦਾ। ਤੇ ਅਸੀਂ ਤੁਹਾਨੂੰ ਦੱਸਨੇ ਅਸੀਂ ਕਿਵੇਂ ਬਣਾਇਆ। ਸਭ ਤੋਂ ਪਹਿਲੇ ਨਾ ਅਸੀਂ ਇਹਦੇ ਦੋਨੋਂ ਸਾਈਡ ਤੇ ਇੱਧਰ ਚਾਰ ਚੇਅਰ ਲਗਾਈਆਂ, ਦੋ ਇੱਧਰ ਤੇ ਦੋ ਇੱਕ ਸਾਈਡ। ਫਿਰ ਇਹਦੇ ਉੱਪਰ ਬਸ ਇੱਕ ਬੈਡਸ਼ੀਟ ਲੈ ਕੇ ਪੂਰੇ ਉੱਤੇ ਫੈਲਾ ਦਿੱਤੀ। ਤੇ ਇੱਥੋਂ ਇਹਦੀ ਓਪਨ ਕਰਨ ਲਈ, ਇਹਨੂੰ ਇਹਦਾ ਗੇਟ ਦਾ ਬਣਾਉਣ ਲਈ ਅਸੀਂ ਇੱਥੇ ਇਹ ਕਲਿਪਸ ਲਗਾ ਦਿੱਤੇ ਨੇ, ਇੱਧਰ ਵੀ ਔਰ ਇੱਧਰ ਵੀ। ਔਰ ਅੰਦਰ ਕਾਕੇ ਨੂੰ ਕੋਜ਼ੀ ਕੋਜ਼ੀ ਜਗ੍ਹਾ ਦੇਣ ਲਈ ਥੱਲੇ ਵਿਛਾਇਆ ਅਸੀਂ ਕੋਜ਼ੀ ਕੋਜ਼ੀ ਬਲੈਂਕਟ। ਔਰ ਆ ਰਿਹਾ ਸਾਡਾ ਪਿਆਰਾ ਜਿਹਾ ਕਾਕਾ, ਕਾਕੇ ਦੇ ਨਾਲ ਕਾਕੇ ਦਾ ਬੰਨੀ ਔਰ ਕਾਕੇ ਦੇ ਟੋਇਜ਼। ਹੁਣ ਨੋਨਾ, ਹੁਣ ਤੁਸੀਂ ਇੱਥੇ ਰਿਹਾ ਕਰੋਗੇ? ਇਹ ਤੁਹਾਡਾ ਹਾਊਸ ਹੈ? ਅੱਛਾ, ਸੋ ਵੀ ਇੱਥੇ ਜਾਏ ਕਰੋਗੇ? ਅੱਛਾ, ਹੁਣ ਸਭ ਕੰਮ ਇੱਥੇ। ਔਰ ਫਿਰ ਜਦੋਂ ਊਸ਼ਾ ਦੀਦੀ ਆਏਗੀ, ਰੋਟੀ ਵੀ ਖਾਣੀ ਹੈ ਇੱਥੇ, ਠੀਕ ਹੈ। ਔਰ ਊਸ਼ਾ ਦੀਦੀ ਆਏਗੀ ਸਫਾਈ ਕਰਨ, ਉਦੋਂ ਕੀ ਕਰਾਂਗੇ? ਹਾਂ, ਅੱਛਾ, ਜਿੰਨੀ ਜਗ੍ਹਾ ਉੱਥੇ ਸਫਾਈ ਕਰਾ ਲਾਂਗੇ। ਅੱਛਾ, ਚਲੋ ਬਈ, ਕਾਕੇ ਦਾ ਤੇ ਨੋਨਾ ਜਿਹਾ ਬਣ ਗਿਆ ਟੈਂਟ ਹਾਊਸ। ਹੁਣ ਇਸ ਟੈਂਟ ਹਾਊਸ 'ਚ ਕਿਹਨੂੰ ਬੁਲਾਓਗੇ? ਹਾਂ, ਵੇਖਾਂਗੀ, ਆ ਜਾਵਾਂ ਮੈਂ, ਠੀਕ ਹੈ। ਕੀ ਖਵਾਏਗਾ ਆਪਣੇ ਹਾਊਸ ਬੁਲਾਏਗਾ ਤੇ? ਰੋਟੀ ਬਣਾ ਲੇਗਾ? ਚੱਲ ਠੀਕ ਹੈ। ਅੱਛਾ, ਮੈਂ ਹੀ ਬਣਾ ਕੇ ਦਾਂਗੀ? ਓਕੇ, ਚਲੋ ਠੀਕ ਹੈ, ਫਿਰ ਮੈਂ ਆ ਜਾ ਤੁਹਾਡੇ ਹਾਊਸ ਵਿੱਚ, ਆ ਜਾ। ਨਹੀਂ ਇੰਨਾ ਹੀ ਨਹੀਂ, ਮੈਂ ਸਲੋਲੀ ਸਲੋਲੀ ਆ ਜਾਂਗੀ ਕਿ ਫੱਟੇ ਵੀ ਨਹੀਂ, ਤੁਹਾਡਾ ਗਿਰੇ ਵੀ ਨਹੀਂ ਬਈ। ਹਾਂ ਨਹੀਂ, ਬਾਹਰੋਂ ਹੀ ਥੋੜ੍ਹੀ ਜਗ੍ਹਾ ਲੱਗ ਰਹੀ ਹੈ, ਪਰ ਅੰਦਰ ਆਰਾਮ ਨਾਲ ਲਾਇਆ ਗਿਆ, ਅੰਦਰ ਠੀਕ ਹੈ। ਵੀ ਇੱਦਾਂ ਅਸੀਂ ਵੜ ਗਏ ਅੰਦਰ, ਨਹੀਂ ਟੁੱਟੇਗਾ, ਕੁਛ ਨਹੀਂ ਟੁੱਟੇਗਾ। ਚਲੋ ਹੁਣ ਅਸੀਂ ਕੀ ਕਰੀਏ ਇੱਥੇ? ਕਾਕਾ ਬਸ ਖੁਸ਼ ਹੈਗਾ। ਚਲੋ ਵੀ, ਕਾਕਾ ਹੁਣ ਇੱਥੇ ਹੀ ਸੋਏਗਾ, ਹੁਣ ਸੋਣ ਦਾ ਟਾਈਮ ਹੋ ਗਿਆ। ਉੱਦਾਂ ਕਾਕਾ ਮਨਾ ਕਰਦਾ, ਮੈਂ ਸੋਣਾ ਨਹੀਂ ਹੈ, ਸੋਣਾ ਨਹੀਂ ਹੈ। ਇਹਨੂੰ ਬੰਦ ਕਰੀਏ ਨਾ, ਨਹੀਂ ਤੇਰੀ ਆਵਾਜ਼ ਆਉਂਦੀ ਰਹੇਗੀ। ਉੱਦਾਂ ਤੇ ਕਾਕਾ ਮਨਾ ਕਰਦਾ ਰਹਿੰਦਾ, ਮੈਂ ਸੋਣਾ ਨਹੀਂ ਹੈ, ਸ਼ਾਇਦ ਇਸ ਟੈਂਟ ਹਾਊਸ ਦਾ ਚੱਕਰ ਇਸ ਕਾਕਾ ਤੇ ਸੋ ਜਾ। ਅੱਛਾ ਵੀ, ਸੋਣਾ ਅੱਜ ਵੀ ਨਹੀਂ ਹੈ, ਭਾਵੇਂ ਟੈਂਟ ਹਾਊਸ ਹੈ, ਸੋਣਾ ਉਹਨੇ ਅੱਜ ਵੀ ਨਹੀਂ ਹੈ, ਠੀਕ ਹੈ। ਚਲੋ, ਹੋਰ ਕਿਸੇ ਨੂੰ ਕੁਝ ਕਹਿਣਾ ਹੈ ਤੁਸੀਂ? ਜਾਨੇ ਤਾਂ ਟੈਂਟ ਹਾਊਸ ਆਪਣੇ ਹਾਊਸ ਬਣਾ ਕੇ ਦੇਖਣਾ, ਫਿਰ ਮਜ਼ਾ ਆਏਗਾ। ਟੋਇਜ਼ ਵੀ ਰੱਖਣਾ, ਹੋਰ ਕੀ ਕੀ ਕਰਨ। ਹੁਣ ਨਾ ਕਾਕਾ ਇੱਕ ਇੱਕ ਕਰਕੇ ਸਾਰਿਆਂ ਨੂੰ ਟੈਂਟ ਹਾਊਸ ਵਿੱਚ ਬੁਲਾ ਰਿਹਾ। ਪਹਿਲੇ ਮੇਰੀ ਵਾਰੀ ਸੀ, ਹੁਣ ਉਹਨੇ ਦਾਦੂ ਪਾਪਾ ਨੂੰ ਬੁਲਾ ਲਿਆ, ਹੁਣ ਦਾਦੂ ਪਾਪਾ ਗਏ ਨੇ ਅੰਦਰ। ਥੈਂਕ ਯੂ।
लो जी हुण अगला सीन वेखो, कंबल धो गया इधरों दी कढ लिया है ते इहदे विच पाता है। हुण कंबल पूरे नजारे लै रहा अंदर डांस करदा पिया। आ मशीन विचारी छोटी सीगी, इत्थे उहदा साह घुटिया पिया सीगा, इह वाली वड्डी है, इहदे विच चंगा लुट्टियां पा रहा कंबल। लो भाई देखो केड़ा पार्सल है। बन्नी आया। अच्छा तो फिर एक कैब बन्नी है आते। एक और आ गया। सरप्राइज नहीं, काके नूं अंदाजा तो हो ही गया, इन्हें पहले ही कह दिता खोलन तो पहले मेरा बन्नी आया। चलिए काके कोल ना एक बन्नी पहले ही आया ए वाला है ना। दिक्कत हैगी है कि काका ना इस बन्नी तो बिना किधरे जांदा नहीं, ना ही कुछ खांदा पींदा है, ज्यादातर आई हुंदा बन्नी दो। सवेरे ना जदों उठदा है तो सब तो पहली चीज हुंदी जो है बोलदा है कि मेरा बन्नी किथे है, बन्नी दबिया होया नहीं है। ते हुण असीं ना इहदे नाल दा एक सिमिलर बन्नी होर मंगाया क्योंकि कदी कदी ना गंदा, कदी की ज्यादातर लगभग जल्दी जल्दी गंदा हो जाता लाइट शेड का, फिर इन जो धोना है उन्नी देर परेशान रहा मेरा बन्नी कितने है कितने है। वैसे भी गंदा हो जाए कई बार धुपदा नहीं सुकदा नहीं है, तो असं एक होर बन्नी मंगा लिया। हम काके नूं पसंद आता है कि नहीं, वैसे वह बहुत फेवरेट है। देखो जरा कड के दिखाओ दादी नहीं बन्नी है, दादी है। बच्चा, अरे खोल के देखांगे बन्नी है, खोल लांगे। ਉਹਨੂੰ ਲੱਗਿਆ ਕਿ ਆ ਤੇ ਟੈਡੀ ਬੀਅਰ ਵੇਖ ਮੈਂ ਖਾਣੀ ਆ ਬੰਨੀ ਹੈ ਲਿਖਿਆ ਉਹਦੇ ਤੇ ਬੰਨੀ ਹੈ ਲਿਖਿਆ। ਅੱਛਾ ਵੇਖ ਇੱਕ ਸਾਡੇ ਘਰ ਅਸਲੀ ਵਾਲਾ ਬੰਨੀ ਆਇਆ ਸੀ ਔਰ ਇੱਕ ਅਸੀਂ ਟੀਵੀ ਤੇ ਬੰਨੀ ਵੇਖਨੇ ਆ, ਹੈ ਨਾ ਦੋਨੋਂ ਥੋੜੇ ਥੋੜੇ ਜਿਹੇ ਅਲੱਗ ਹੁੰਦੇ ਨੇ ਨਾ, ਹਰ ਸਾਰੇ ਜਣੇ ਇੱਕੋ ਜਿਹੇ ਨਹੀਂ ਹੁੰਦੇ। ਹੁਣ ਜਿਵੇਂ ਤੁਸੀਂ ਅਲੱਗ ਹੋ, ਮੰਮਾ ਦਾ ਫੇਸ ਅਲੱਗ ਹੈ, ਪਾਪਾ ਦਾ ਫੇਸ ਅਲੱਗ ਹੈ, ਸਕੂਲ 'ਚ ਇੰਨੇ ਸਾਰੇ ਬੇਬੀਜ਼ ਦਾ ਫੇਸ ਅਲੱਗ ਹੈ, ਥੋੜੇ ਥੋੜੇ ਸਾਰੇ ਹੀ ਬਦਲੇ ਹੁੰਦੇ ਨੇ ਨਾ, ਇਸ ਕਰਕੇ ਇੱਕੋ ਜਿਹੇ ਨਹੀਂ ਲੱਗ ਰਹੇ। ਤੇ ਬਹੁਤ ਖੋਜ ਪੜਤਾਲ ਕਰਕੇ ਅਸੀਂ ਇਹ ਮੰਗਵਾਇਆ ਸੀ ਕਲਰ ਵੀ। ਅਰੇ ਨੋ ਨਾ ਹੋ ਜਾਏਗਾ ਏਦਾਂ ਵੀ, ਕਾਕਾ ਪਹਿਲੇ ਰੋਈ ਪਿਆ ਸੀ ਕਹਿੰਦਾ ਬੰਨੀ ਹੈ, ਕਾਕੇ ਨੇ ਖੋਲ ਕੇ ਹੀ ਨੀ ਵੇਖਿਆ। ਨੋ ਨਾ ਕਿਹੜਾ ਵਾਲਾ ਕਹਿ ਰਹੇ ਹੁਣ ਮੈਨੂੰ ਐਚਾ ਲੱਗ ਰਿਹਾ, ਉਹ ਤੁਸੀਂ ਰੱਖ ਲਓ ਦੋਨੋਂ ਹੀ ਤੁਹਾਡੇ ਨੇ ਹੈ ਨਾ। ਜਦੋਂ ਇੱਕ ਵਾਸ਼ੀ ਹੁਣ ਆ ਵੇਖੋ ਅੱਜ ਕਿੰਨਾ ਗੰਦਾ ਹੋ ਗਿਆ ਹੈ ਨਾ, ਕਿਉਂਕਿ ਸਾਰਾ ਦਿਨ ਇਹਨੂੰ ਹੱਥ 'ਚ ਲੈ ਕੇ ਹੀ ਫਿਰਦਾ ਰਹਿੰਦਾ। ਅੱਜ ਬਲੈਕ ਹੋ ਗਿਆ ਹੈ ਨਾ, ਹੁਣ ਅਸੀਂ ਇਹਨੂੰ ਵਾਸ਼ੀ ਲਈ ਰੱਖ ਦਾਂਗੇ। ਗੰਦੇ ਗੰਦੇ ਫੜ ਕੇ ਨਹੀਂ ਰੱਖਦੇ ਨਾ, ਕਾਕੇ ਨੂੰ ਵੀ ਜ਼ੁਕਾਮ ਵੀ ਬੜੀ ਜਲਦੀ ਜਲਦੀ ਹੋ ਜਾਂਦਾ ਨਾ, ਫਿਰ ਜਮਸ ਵਾਲਾ ਖਤਰਾ ਵੀ ਮੰਡਰਾਉਂਦਾ ਰਹਿੰਦਾ। ਨੋ ਨਾ ਆਏ ਬੱਚੇ ਦੇ ਹੱਥ ਵੀ ਆ ਗਏ ਸੀ ਵੇਖ ਕੇ ਏਦਾਂ, ਹੁਣ ਕਿਉਂਕਿ ਨਵਾਂ ਨਵਾਂ ਆਇਆ ਨਾ ਪੈਕਟ 'ਚ ਬੰਦ ਸੀ ਤੇ ਇਹਦੇ ਈਅਰ ਵੀ ਏਦਾਂ ਨੇ, ਇਹਦੇ ਅੰਦਰ ਸ਼ਾਇਦ ਵਾਇਰ ਹੈਗੀ ਹੈ ਨਾ, ਇਹਨੂੰ ਅਸੀਂ ਏਦਾਂ ਕਰ ਦਾਂਗੇ ਫਿਰ ਖੜੇ ਰਹਿਣਗੇ। ਠੀਕ ਹੈ ਨੋਨਾ ਹੀ ਆ ਗਿਆ ਹੈ ਨਾ ਉਹਦੇ ਵਰਗਾ। ਔਰ ਫਿਰ ਇਹ ਵੀ ਸੀ ਨਾ ਕਿ ਕਾਕੇ ਨੂੰ ਚਾਹੀਦਾ ਵੀ ਉਹਦੇ ਵਰਗਾ ਹੀ, ਹੁਣ ਜਿਵੇਂ ਇਹਨੂੰ ਥੋੜੀ ਜਿਹੀ ਸ਼ਕਲ ਅਲੱਗ ਲੱਗੀ ਇਹਦੀ ਤੇ ਕਹਿੰਦਾ ਟੈਡੀ, ਅਗਰ ਅਸੀਂ ਕੋਈ ਹੋਰ ਤਰ੍ਹਾਂ ਦਾ ਕਲਰ ਮੰਗਾ ਲੈਂਦੇ ਤੇ ਫਿਰ ਇਹ ਮੰਨਦਾ ਨਹੀਂ। ਤੇ ਹੁਣ ਚਲੋ ਕਾਕੇ ਨੂੰ ਪਸੰਦ ਆ ਗਿਆ, ਥੋੜਾ ਜਿਹਾ ਵੱਡਾ ਵੀ ਇਹਦੇ ਤੋਂ ਹੈ ਨਾ, ਬਿਗ ਵਾਲਾ ਹੈ। दिखाई एदम करके चलो ए वाला बन्नी है, ए जो पहले वाला काके दा एदा नाम है बन्नी और ओ है टैडी बन्नी। ਕੁਛ
ਹੁਣ ਇਹਨੂੰ ਸੈਡ ਨਹੀਂ ਕਰ ਦੇਣਾ ਕਿ ਇਹਨੂੰ ਫੜਨਾ ਹੀ ਨਹੀਂ ਹੈ। ਉਹ ਵਿਚਾਰਾ ਸੈਡ ਹੋ ਜਾਏਗਾ ਸ਼ਾਬਾਸ਼ ਨੇ ਮੈਨੂੰ ਛੱਡ ਤਾਂ ਨਿਊ ਆ ਗਿਆ ਤੇ, ਹੈ ਨਾ। ਉਹਨੂੰ ਕਹਿ ਦਿਓ, ਉਹਨੂੰ ਦੱਸ ਦਿਓ ਕਿ ਤੂੰ ਸੈਡ ਨਾ ਹੋਈ, ਤੂੰ ਵੀ ਮੇਰਾ ਬੇਬੀ ਹੈ। ਨਹੀਂ ਤੂੰ ਹਜੇ ਗੰਦ ਹੋ ਗਿਆ, ਤੂੰ ਅੱਛੀ ਤਰ੍ਹਾਂ ਮੂਸੀ ਹੋ ਗਿਆ ਉੱਪਰ। ਆ ਤੇਰਾ ਫਰੈਂਡ ਆ ਗਿਆ ਨਾ, ਤੇਰਾ ਫਰੈਂਡ ਆ ਗਿਆ ਹੈ। ਠੀਕ ਹੈ, ਐ ਠੀਕ ਹੈ, ਠੀਕ ਹੈ। ਹੁਣ ਤੁਸੀਂ ਜਦੋਂ ਵਾਸ਼ੀ ਹੋ ਜਾਓਗੇ ਨਾ ਬੰਨੀ, ਫਿਰ ਤੁਹਾਨੂੰ ਕਾਕਾ ਫੜੇਗਾ। ਕਰ ਦਾਂਗੇ ਜਦੋਂ ਕੱਪੜੇ ਵਾਸ਼ੀ ਕਰਾਂਗੇ, ਮੰਮਾ ਕਰੇਗੀ ਨਾ ਕੱਪੜੇ ਵਾਸ਼ੀ, ਫਿਰ ਕਰ ਦਾਂਗੇ। ਕਹਿ ਕਾਕੇ ਦੇ ਫਰੈਂਡਸ ਨੇ, ਉਹ ਵੀ ਉਹਦੇ ਵੀ ਯਾਰ ਖੜੇ ਹੋ ਗਏ। ਤੂੰ ਵੀ ਖੜਾ ਹੋ ਜਾ ਨਾਲ, ਦੇਖੀਏ ਕਾਕੇ ਦੀ ਸ਼ਕਲ ਮਿਲਦੀ ਬੰਨੀ ਨਾਲ। ਇੱਥੇ ਖੜੇ ਹੋ ਜਾਓ। ਹਾਂ, ਕਾਕਾ ਖੜਾ ਹੋ ਗਿਆ। ਇਹਨੂੰ ਉਹ ਵਾਲਾ ਬਹੁਤ ਜ਼ਿਆਦਾ ਹੀ ਪਸੰਦ ਹੈ। ਅਤੇ ਇੱਕ ਵਾਰ ਪਹਿਲੇ ਦੀ ਗੱਲ ਹੈ, ਇਹਦਾ ਪੁਰਾਣਾ ਇੰਸੀਡੈਂਟ ਹੈ। ਅਤੇ ਲਗਭਗ 3 ਸਾਲ ਹੋ ਗਏ ਨੇ, ਅਸੀਂ ਇਹਦੇ ਮਾਮੂ ਦੇ ਵਿਆਹ 'ਤੇ ਗਏ ਸੀ ਨਾ, ਅਤੇ ਉੱਥੇ ਬੰਨੀ ਇਹਦੇ ਨਾਲ ਹੈਗਾ ਸੀ, ਅਤੇ ਅਸੀਂ ਕਿਸੇ ਦੇ ਘਰ ਗਏ ਲੈ ਕੇ, ਅਤੇ ਉੱਥੇ ਹੀ ਰਹਿ ਗਿਆ ਬੰਨੀ। ਉਹਨੂੰ ਧਿਆਨ ਹੀ ਨਹੀਂ ਰਿਹਾ ਕਿਸੇ ਨੂੰ ਚੁੱਕਣਾ। ਔਰ ਗੱਡੀ ਹੈ, ਜਦੋਂ ਅਸੀਂ ਵਾਪਸ ਆਏ ਤਾਂ ਇਹਨੇ ਪੀਣਾ ਸੀ ਪਾਣੀ। ਉਦੋਂ ਬੋਟਲ ਨਾਲ ਪਾਣੀ ਪੀਂਦਾ ਹੁੰਦਾ ਸੀ, ਅਤੇ ਪਾਣੀ ਪੀਣ ਲੱਗਾ ਬੋਟਲ ਤੋਂ ਪਹਿਲੇ ਤਾਂ ਇਹਨੇ ਮੰਗਿਆ ਮੇਰਾ ਬੰਨੀ ਤੋਂ। ਹੁਣ ਬੰਨੀ ਮਿਲਿਆ ਨਹੀਂ ਕਿਧਰੇ। ਇਸ ਮੁੰਡੇ ਨੇ ਨਾ ਪਾਣੀ ਨਹੀਂ ਪੀਤਾ ਬੰਨੀ ਕਰਕੇ, ਕਿ ਹੁਣ ਅਸੀਂ ਆ ਵੀ ਬਹੁਤ ਕਾਫੀ ਅੱਗੇ ਗਏ ਸੀ ਘਰ ਦੇ ਕੋਲ, ਵਾਪਿਸ ਜਾ ਨਹੀਂ ਪਾ ਰਹੇ ਸੀ, ਅਤੇ ਇਸ ਮੁੰਡੇ ਨੇ ਪਾਣੀ ਨਹੀਂ ਪੀਤਾ, ਰੋਂਦਾ ਰਿਹਾ, ਰੋਂਦੇ ਰੋਂਦੇ ਥੱਕ ਗਿਆ, ਸੋ ਗਿਆ। ਅਤੇ ਫਿਰ ਅਸੀਂ ਉੱਥੇ ਟਰਾਈ ਵੀ ਕੀਤਾ ਕਿਸੇ ਸ਼ੋਪ ਤੋਂ ਮਿਲ ਜਾਏ, ਪਰ ਉੱਥੇ ਕੁਛ ਇਸ ਤਰ੍ਹਾਂ ਦਾ ਟਾਈਮ ਸੀ ਕਿ ਮਾਰਕੀਟ ਖੁੱਲ੍ਹਿਆ ਨਹੀਂ ਹੋਇਆ ਸੀ, ਅਤੇ ਸਾਨੂੰ ਕੋਈ ਬੰਨੀ ਮਿਲਿਆ ਹੀ ਨਹੀਂ। ਪਰ ਫਿਰ ਇਹਦੇ ਮਾਮੂ ਨੇ, ਮੇਰੇ ਕਜ਼ਨ ਨੇ ਇਹਨੂੰ ਰੋਂਦਾ ਵੇਖ ਕੇ ਕਹਿੰਦਾ ਹਾਏ ਉਹ ਇੰਨਾ ਰੋ ਰਿਹਾ, ਪਾਣੀ ਵੀ ਨਹੀਂ ਪੀ ਰਿਹਾ, ਅਤੇ ਮੈਂ ਲੈ ਕੇ ਆਉਂਦਾ ਉਹ। ਫਿਰ ਸਪੈਸ਼ਲੀ ਰਾਤੀ ਕਾਫੀ ਲੇਟ ਹੋ ਗਿਆ ਸੀ, ਲਗਭਗ 11-12 ਵਜੇ ਦਾ ਟਾਈਮ ਹੋਏਗਾ, ਉਹ ਬਾਈਕ ਲੈ ਕੇ ਉਹਨਾਂ ਦੇ ਘਰ ਗਿਆ, ਉਹ ਕਾਫੀ ਦੂਰ ਹੈਗਾ ਸੀ, ਉੱਥੋਂ ਬੰਨੀ ਲਿਆ ਕੇ ਇਹਨੂੰ ਦਿੱਤਾ ਉਹਨੇ। ਭੈਣਾ, ਕਾਕੇ ਕੋਲ 2 ਹੀ ਨਹੀਂ, 3 ਬੰਨੀਜ਼ ਨੇ। ਵਾਈਟ ਕਲਰ ਦਾ ਛੋਟੂ ਬੰਨੀ ਵੀ ਹੈ, ਹੈ ਨਾ। ਮੰਮਾ ਔਰ ਬੰਨੀ, ਓਕੇ। ਉਹ ਫਿਰ ਪਿੰਕ ਵਾਲਾ ਮੰਮਾ ਹੈ, ਔਰ ਵਾਈਟ ਵਾਲਾ ਉਹਦਾ ਬੇਬੀ ਹੈ, ਹੈ ਨਾ। ਇਹ ਦਾਦੀ ਕੌਣ ਹੁੰਦੇ? ਹਾਂ, ਮੇਰਾ ਹੁਣ ਦਾਦੀ ਵੀ ਹੋ ਗਿਆ ਨਾ, ਦਾਦੀ ਡੈਡੀ ਹੈ ਦੇ। ਅੱਛਾ, ਬਈ ਹੁਣ ਸ਼ਾਬਾਸ਼ ਨੂੰ ਇੱਕ ਡੈਡੀ ਵੀ ਚਾਹੀਦੇ ਨੇ ਉਹਦੇ, ਕਿਸੇ ਨੂੰ ਡੈਡੀ ਬਣਾਏਗਾ। ਮੰਮਾ ਹੋ ਗਈ, ਬੇਬੀ ਹੋ ਗਈ, ਹੁਣ ਡੈਡੀ ਚਾਹੀਦੇ ਨੇ। ਚਲੋ ਇਹ ਗੱਲ ਠੀਕ ਹੋ ਗਈ ਕਿ ਕਾਕੇ ਨੂੰ ਪਸੰਦ ਆ ਗਿਆ। ਕਾਕੇ ਨੂੰ ਮੈਨੂੰ ਇਹ ਲੱਗ ਰਿਹਾ ਸੀ, ਇਹ ਲੱਗ ਰਿਹਾ ਸੀ ਕਿ ਕਾਕੇ ਨੂੰ ਪਤਾ ਨਹੀਂ ਪਸੰਦ ਆਏਗਾ ਕਿ ਨਹੀਂ ਆਏਗਾ। ਮਤਲਬ ਕਾਕੇ ਨੂੰ ਆ ਗਿਆ ਪਸੰਦ। ਹੁਣ ਅੱਜ ਦਾ ਦਿਨ ਸਾਰਾ ਤੇ ਬੰਨੀ ਨਾਲ ਹੀ ਨਿਕਲੇਗਾ ਇਹਦਾ।